ਵੀਰੂ ਰਮਾਣਾ ਤੇ ਹਰਪਾਲ ਕਲੀਪੁਰ, ਇਹ ਪ੍ਰੋਗਰਾਮ ਪੂਰੀ ਦੁਨੀਆ ਦੇਖ ਰਹੀ ਹੈ, ਤੁਸੀਂ ਜਾਣਦੇ ਹੋ ਸਾਰੇ। ਇਹ ਇਹਨਾਂ ਦੀ ਬਦੌਲਤ ਹੈ ਕਿ ਮੈਂ ਇਹਨਾਂ ਦੇ ਕਹੇ ਤੇ, ਮੇਰੇ ਵੀਰਾਂ ਦੇ ਕਹੇ ਤੇ ਹਾਜ਼ਰੀ ਲਵਾਉਣ ਪਹੁੰਚਿਆ ਤੁਹਾਡੇ ਨਗਰ ਦੇ ਵਿੱਚ। ਤਾਂ ਸ਼ੁਰੂ ਕਰੀਏ। ਹਾਂਜੀ, ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਬਾਬਾ ਜੀ ਨਾਲ, ਮਿਹਰਬਾਨੀ, ਸ਼ੁਕਰੀਆ। ਸ਼ੁਰੂ ਕਰੀਏ ਦੁਗਾਣੇ ਤਾਂ ਦੌਰ, ਕਦੇ ਸੱਤ ਕਦੇ ਅੱਠ ਕੱਪ ਦਿੰਨੀ ਆ ਮੈਂ ਰੱਖ, ਕਦੇ ਸੱਤ ਕਦੇ ਅੱਠ ਕੱਪ ਦਿੰਨੀ ਆ ਮੈਂ ਰੱਖ, ਤੇਰਾ ਚੰਗਾ ਪਿਆ ਜੱਟਾਂ ਨਾਲ ਵਾਹ ਪਟਵਾਰੀ ਆ, ਹੰਭ ਕੀ ਬਣਾਉਂਦੀ ਤੇਰੀ ਚਾਹ ਪਟਵਾਰੀ ਆ। ਦੁਗਾਣੇ ਕੁੜੇ ਇੱਕ ਸੱਭਿਆਚਾਰ ਦਾ ਅੰਗ ਹੁੰਦੇ ਆ, ਜਿੱਦਾਂ ਜਿੱਦਾਂ ਸਾਗ ਨੂੰ ਤੜਕਾ ਲਾਈ ਜਾਈਏ ਨਾ, ਸਾਗ ਸਵਾਦ ਬਣੀ ਜਾਂਦਾ ਮਦੀਨਾ ਸਾਹਿਬ। ਇਸੇ ਤਰ੍ਹਾਂ ਦੁਗਾਣੇ ਹੁੰਦੇ ਆ, ਦੁਗਾਣਿਆਂ ਨੂੰ ਜਦੋਂ ਮਰਜ਼ੀ ਸੁਣ ਲਓ, ਦੁਗਾਣੇ ਹਮੇਸ਼ਾ ਤਾਜ਼ਾ ਹੀ ਰਹਿੰਦੇ ਆ। ਦੁਗਾਣਿਆਂ ਦੇ ਵਿੱਚ ਆਪਣੀ ਆਪ ਦੀ ਗੱਲ, ਨੋਕ ਝੋਕ ਜੀਜਾ ਸਾਡਾ ਰਿਸ਼ਤਾ, ਦਿਓਰ ਭਰਜਾਈ ਦਾ ਰਿਸ਼ਤਾ, ਮੀਆਂ ਬੀਬੀ ਦੀਆਂ ਗੱਲਾਂ, ਸਾਰੀਆਂ ਗੱਲਾਂ ਪਤਾ ਦੁਗਾਣਿਆਂ ਦੇ ਵਿੱਚੋਂ ਮਿਲਦੀਆਂ, ਤਾਂ ਕਰਕੇ ਆਪਾਂ ਨੂੰ ਦੁਗਾਣੇ ਚੰਗੇ ਲੱਗਦੇ ਨਹੀਂ। ਗਾਉਂਦਾ ਇਕੱਲਾ ਇਕੱਲਾ ਵੀ ਮਾੜਾ ਨਹੀਂ ਕੋਈ, ਪਰ ਇਹ ਪਤੰਦਰ ਸੂਈ ਇੱਕ ਤੇ ਹੀ ਰੱਖਦੇ ਆ, ਕੁੜੀ ਤੇ ਬਸ ਨਿਕਲ ਗਈ, ਭੱਜ ਗਈ, ਆ ਗਈ, ਕਿਉਂਕਿ ਦੁਗਾਣਿਆਂ ਦਾ ਸਵਾਦ ਹੀ ਅਲੱਗ ਹੁੰਦਾ ਯਾਰ, ਕਿਉਂਕਿ ਆਪਾਂ ਨੂੰ ਆਪਣੀ ਆਪ ਦੀ ਗੱਲ ਹੁੰਦੀ ਹੈ ਦੁਗਾਣਿਆਂ ਦੇ ਵਿੱਚ, ਇੱਕ ਸਵਾਲ ਤੇ ਜਵਾਬ। ਲਓ ਸ਼ੁਰੂ ਕਰੀਏ। ਹੰਭ ਕੀ ਬਣਾਉਂਦੀ ਤੇਰੀ ਚਾਹ ਪਟਵਾਰੀ ਆਵੇ, ਹੰਭ ਕੀ ਬਣਾਉਂਦੀ ਇੱਕ ਪਟਵਾਰਨ ਤੇ ਪਟਵਾਰੀ ਦੀ ਮਿੱਠੀ ਜੀ ਨੋਕ ਚੋਕ, ਧੰਨੇ ਜੀ ਕਰ ਗਿਆ। ਹਾਂਜੀ, ਹਾਂਜੀ, ਸਾਡੇ ਘਰੋਂ ਖਾਣ ਦੇ ਦਫ਼ਤਰਾਂ ਦੇ ਵਿੱਚ ਹੀ ਆਹ ਕੰਮ ਨਹੀਂ ਹੁੰਦਾ ਜਿਹੜਾ ਅੰਡਰਗਰਾਊਂਡ ਹੁੰਦਾ, ਫੜਾ ਦੇਣਗੇ। ਅੱਜ ਕੱਲ੍ਹ ਲੋਕ ਬਹੁਤ ਚੁਸਤ ਚਲਾਕ ਆ,
टेंशन ना लिया कर, ला लिया कर चार रोटियां। ਐਵੇਂ ਚਾਰ ਰੋਟੀਆਂ ਤੋਂ ਲੱਗ ਪਈ ਸੁਣਾਉਣ ਦੀ, ਐਵੇਂ ਚਾਰ ਰੋਟੀਆਂ ਤੋਂ ਲੱਗ ਪਈ ਸੁਣਾਉਣ ਦੀ, ਪੰਜ ਪੰਜ ਕਿਲੋ ਇਹ ਫਰੂਟ ਲੈ ਕੇ ਆਉਣ ਦੀ, ਐਵੇਂ ਚਾਰ ਰੋਟੀਆਂ ਤੋਂ ਲੱਗ ਪਈ ਸੁਣਾਉਣ ਦੀ, ਪੰਜ ਪੰਜ ਕਿਲੋ ਇਹ ਫਰੂਟ ਲੈ ਕੇ ਆਉਣ ਦੀ, ਫਰੂਟ ਲੈ ਕੇ ਆਉਣ ਦੀ, ਵੀ ਆਪਣਾ ਹੀ ਖਾਂਦੇ ਨਾ ਲੱਗਦਾ ਏ ਤੇਰਾ, ਆਪਣਾ ਹੀ ਖਾਂਦੇ ਨਾ ਲੱਗਦਾ ਏ ਤੇਰਾ, ਆਪਣਾ ਹੀ ਖਾਂਦੇ ਨਾ ਲੱਗਦਾ ਏ ਤੇਰਾ। ਦੱਸ ਕਿੰਨੀ ਵਾਰ ਮੁੜ ਕੇ ਮੰਗਾਈ ਪਟਵਾਰਦੇ ਨੇ, ਸਾਰੇ ਇਹਨਾਂ ਜੱਟਾਂ ਨੇ, ਸਾਰੇ ਇਹਨਾਂ ਜੱਟਾਂ ਨੇ ਖਵਾਏ, ਸਾਰੇ ਇਹਨਾਂ ਜੱਟਾਂ ਤੋਂ ਮੰਗਾਈ ਪਟਵਾਰਦੇ ਨੇ, ਸਾਰੇ ਇਹਨਾਂ ਜੱਟਾਂ ਤੋਂ ਮੰਗਾਏ, ਸਾਰੇ ਇਹਨਾਂ ਜੱਟਾਂ ਨੇ ਖਵਾਏ ਪਟਵਾਰਦੇ ਨੇ, ਸਾਰੇ ਇਹਨਾਂ ਜੱਟਾਂ ਨੇ ਖਵਾਏ। ਲਵੰਡੀ ਵਾਲਾ ਕਹਿੰਦਾ ਤੇਰਾ ਮੇਰਾ, ਸਿਮਤ ਲਵੰਡੀ ਵਾਲਾ ਕਹਿੰਦਾ ਤੇਰਾ ਮੇਰਾ, ਨਾਲੇ ਬੱਚਿਆਂ ਦੇ ਖਾਤੇ ਖਲਵਾਏ ਪਟਵਾਰਦੇ ਨੇ, ਸਾਰੇ ਇਹਨਾਂ ਜੱਟਾਂ ਤੋਂ, ਸਾਰੇ ਇਹਨਾਂ ਜੱਟਾਂ ਤੋਂ ਬਣਾਏ, ਸਾਰੇ ਇਹਨਾਂ ਜੱਟਾਂ ਤੋਂ ਬਣਾਏ ਪਟਵਾਰਦੇ ਨੇ, ਸਾਰੇ ਇਹਨਾਂ ਜੱਟਾਂ ਤੋਂ ਬਣਾਏ। ਦੋ ਭਾਂਡੇ ਆ, ਖੜਕਦੇ ਰਹਿੰਦੇ ਆ, ਕੋਈ ਇਹੋ ਜਿਹੀ ਗੱਲ ਨੀ, ਪਰ ਜ਼ਿਆਦਾ ਵੀ ਖੜਕਣੇ ਨਹੀਂ ਚਾਹੀਦੇ। ਲਓ ਇੱਧਰ ਗੱਲ ਹੋਰ ਹੈ, ਘਰ ਵਾਲੀ ਰੁੱਸ ਕੇ ਪੇਕਿਆਂ ਨੂੰ ਚਲੀ ਗਈ ਹੈ, ਤੇ ਬਾਈ ਉਡੀਕ ਉਡੀਕ ਕੇ ਸੋਚਦਾ ਕਿ ਅੱਗੇ ਵੀ ਮੁੜੇ ਆਉਂਦੀ ਹੈ, ਪਰ ਐਤਕੀ ਮੁੜੀ ਨਹੀਂ। ਗੱਲ ਕੀ ਹੋ ਗਈ ਹੈ, ਲੈਣ ਜਾਂਦਾ ਪਹੁੰਚ ਜਾਂਦਾ, ਕੀ ਵੇਖਦਾ ਕਿ ਘਰ ਵਾਲੀ ਗੁੱਸੇ ਦੇ ਵਿੱਚ ਭਰੀ ਪੀਤੀ ਬੈਠੀ ਆ, ਘਰ ਵਾਲੇ ਨੂੰ ਕੀ ਆਖਦੀ ਹੈ, ਤੇ ਅੱਗੋ ਬਾਈ ਅੱਜ ਕੱਲ੍ਹ ਦਾ ਪੜ੍ਹਿਆ ਲਿਖਿਆ ਨੌਜਵਾਨ ਕੀ ਜਵਾਬ ਦਿੰਦਾ ਤੁਹਾਡੇ ਚ ਕੰਨਿਆ। ਬਹੁਤ ਪਿਆਰ, ਹਾਂਜੀ